ਲੋ ਜੀ ਆ ਜਾ ਸਾਰੇ ਆਟੋ ਡੀਜ਼ਲ ਆ ਗਈ ਜੀ 2016 ਮਾਡਲ ਸਾਰੇ ਦੀ ਗੱਡੀ ਸਾਰੇ ਭਾਈ ਆ ਜਾ ਮੇਰੇ ਕੋਲ ਜ਼ਰਾ ਚਾਹ ਸੜ ਜਾਈਦੀ ਹੈ ਲੋ ਜੀ 2016 ਮਾਡਲ ਆਟੋ ਡੀਜ਼ਲ ਆਈ ਗੱਡੀ ਪੂਰੀ ਟੜੀ ਹੋਈ ਹੈ ਔਰ ਡਿਮਾਂਡ ਇਹਦੀ ਆ ਗਈ ਹੈ 35 ਲੱਖ ਰੁਪਿਆ ਹੁਣ ਆਪਾਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਗੱਡੀ ਦੀ ਵੈਲਿਊ ਕੀ ਹੈ ਗੁੱਸਾ ਨਾ ਕਰਿਆ ਜੇ ਆਗਾ ਸਾਹਿਬ ਤਾਂ ਘੱਟ ਵੀ ਪੈਸੇ ਲੱਗ ਜਾਂਦੇ ਅੱਗੇ ਭਾਈ ਹਰੀ ਗੁੱਸਾ ਕਰ ਗਏ ਤੁਸੀਂ ਨਾ ਗੁੱਸਾ ਕਰਿਆ ਜੇ ਤੇ ਘੱਟ ਵੱਧ ਵੀ ਲੱਗਦੇ ਰਹਿੰਦੇ ਨੇ ਪੈਸੇ ਆਹੋ ਲਓ ਜੀ ਲਓ ਪੈਸੇ ਜ਼ਰਾ ਇਸ ਗੱਡੀ ਦੇ 2016 ਮਾਡਲ ਆਟੋ ਜੀ ਲਏ ਆ ਜੀ 29 ਲੱਖ ਰੁਪਈਆ 29 ਲੱਖ ਰੁਪਈਆ 29 29.5 30 ਲੱਖ ਰੁਪਈਆ 30 ਲੱਖ ਆਟੋ ਜੀ ਲਈਏ ਸਹੀ ਪੈਸੇ ਲਾਓ 30 ਲੱਖ 10,000 30.5 ਲੱਖ 30 ਲੱਖ 75,000 31 ਲੱਖ ਰੁਪਈਆ ਲਿਆਓ ਬਿਆਨਾ 31 ਲੱਖ 31 ਲੱਖ ਰੁਪਈਏ ਦੀ ਗੱਡੀ ਮੈਂ ਦੇਣ ਲੱਗਾ ਜੀ ਆਟੋ ਜੀ ਲਈ ਸਾਰਾ ਮਾਡਲ ਫਿਰ ਇੰਨਾ ਕਿਹਾ ਜੇ ਮੈਂ ਰਾਹ ਦੀ ਟਿਊਬੀ ਗੜੇਰੀਆਂ ਦੇ ਨਾਲ ਕੋਈ ਹੋਰ ਲੈ ਗਿਆ ਲਿਆ ਰਵਿੰਟ ਮਾਰ ਲਓ ਜੀ 29 ਲੱਖ 1 31 ਲੱਖ ਰੁਪਈਆ 31 ਇੱਕ ਰੋਜ਼ਾ ਵੀ ਹੈ ਨਾ ਫਿਰ ਨਹੀਂ ਸਮਝ ਆਉਂਦੀ ਹਾਂ ਇਹ ਬੜੀ ਗੱਲ ਹੈ ਵੀ ਅਸੀਂ ਰੋਜ਼ੇ ਨਾਲ ਜੁੜੇ ਹੋਏ ਹਾਂ ਤੇ ਰੋਜ਼ਿਆਂ 'ਚ ਬੜੀ ਗੱਲ ਹੈ ਵੀ 4 ਬੰਦੇ ਇਕੱਠੇ ਕਰ ਲਏ ਇਨਸ਼ਾਅੱਲਾ ਅਜੇ ਤੀਜੋ ਕੋਡ ਵੀ ਬੰਦੇ ਮੇਰਾ ਅੱਜ ਮੈਨੂੰ ਸਵਾਦ ਨਹੀਂ ਆਇਆ ਬੰਦੇ ਹੀ ਕੋਈ ਨਹੀਂ ਆਏ ਇਨਸ਼ਾਅੱਲਾ ਇਤਵਾਰ ਬਾਜ਼ਾਰ ਲਾਵਾਂਗੇ ਪੂਰੇ ਭਾਰ ਦੇ ਨਾਲ ਇਤਵਾਰ ਬਾਜ਼ਾਰ ਇਨਸ਼ਾਅੱਲਾ 2,000 ਤੋਂ ਉੱਤੇ ਗੱਡੀ ਇਕੱਠੀ ਕਰਨੀ ਮੈਂ ਅਰਕੀ ਰਿਕਾਰਡ ਤੋੜਨਾ ਜਿਵੇਂ ਇਤਵਾਰ ਵਾਲੇ ਦਿਨ ਤੋੜਿਆ ਪਿਛਲੇ ਇਤਵਾਰ ਨੂੰ ਇੱਥੇ 2,000 ਗੱਡੀ ਸੀ ਇਨਸ਼ਾਅੱਲਾ ਅਰਕੀ 2,500 ਗੱਡੀ ਹੋਏਗੀ ਇਨਸ਼ਾਅੱਲਾ ਅੱਲਾ ਦੇ ਹਾਂ ਸਹੀ ਇਤਵਾਰ ਬਾਜ਼ਾਰ ਹੀ ਲੱਗਦਾ ਲੇਕਿਨ ਇਨਸ਼ਾਅੱਲਾ ਟਿਕਟੋਕ ਅਕਾਊਂਟ ਚੱਲਣ ਦੀ ਦੇਰ ਹੈ ਮੇਰੀ ਇਹ ਸਾਰੇ ਬਾਜ਼ਾਰ ਹੀ ਸਹੀ ਲੱਗਣਗੇ ਵਟਸਐਪ ਵੀ ਬੰਦ ਹੈ ਤੇ ਟਿਕਟੋਕ ਵੀ ਬੰਦ ਹੈ ਤੇ ਟਿਕਟੋਕ ਦੀ ਵਜ੍ਹਾ ਤੋਂ ਸਾਰਾ ਨਿਜ਼ਾਮ ਚੱਲਦਾ ਪਿਆ ਹਾਂਜੀ ਆਗਾ ਸਾਹਿਬ ਕੀ ਕਰਨਾ 31 ਲੱਖ ਕੁਛਾ ਕਰਨਾ 31 ਲੱਖ 1 31 10 31 ਲੱਖ 10,000 ਰੁਪਈਆ ਆਟੋ ਜੀ ਵਾਲੀ ਲੈਣ ਵਾਲਾ ਕੋਈ ਨਹੀਂ ਇੱਥੇ ਕਿਤੇ ਗਏ ਨੇ ਕੱਚਾ ਸਾਹਿਬ ਬੋਲੋ ਲਾਓ ਪੈਸੇ ਹਾਏ ਆ ਬਸ ਕਲੇਰ ਮਾਸ਼ਾਅੱਲਾ ਦਲੇਰ ਪਿਓ ਦਾ ਪੁੱਤਰ ਹੈ ਨਾ ਤੇ ਸੱਟ ਪੂਰੀ ਮਾਰਦਾ ਐਂ ਜੀ ਸੱਟ ਵਜਣੀ ਚਾਹੀਦੀ ਹੈ ਜਿਵੇਂ ਇਹਨੇ ਮਾਰੀ ਹੈ ਹਾਂਜੀ 60,000 ਰੁਪਈਆ ਮਾਰ ਸੱਟ ਮਾਰ ਇੱਕ ਹੋਰ मस्जिद बनानी बड़े परेशान बुढ़ा मेरा नाम अड़ गया जनाब मसीते ने कहा आज जी मेरे फजर पड़ी फजर पड़ गया जनाब दिन चढ़े अंत चढ़ गया बुढ़ा उन्हें कहा जी मस्जिद बनानी सारे कट्ठे हो गए पैसे पाओ मस्जिद बनाइए ਲਓ ਜੀ ਫਲਾਣਾ ਪੁੱਟਾ ਲੱਖ ਰੁਪਈਆ ਉਹਨੇ ਦਿੱਤਾ ਚੌਧਰੀ ਸ਼ਕੀਰ ਹਸੈਨ ਪੁੱਟਾ ਉਹਨੇ ਦੂਜੇ ਆਖਿਆ 2 ਲੱਖ ਹੋ ਸਕਿਆ 5 ਲੱਖ ਉਹ ਇੰਜ ਮਸਲ ਖੜੀ ਹੋਈ ਪਤਾ ਨੀ ਲੱਗਾ ਗੱਲ ਕਰਨਾ ਵਕਤ ਦੇ ਜਸ ਇੰਜ ਹੁੰਦੀ ਏ ਜਸ ਨਾਲ ਸੌਦਾ ਕਰਨਾ ਚਾਹੀਦਾ ਉਦੋਂ ਹਰ ਬੰਦਾ ਬੋਲ ਵੀ ਨੀ ਸਕਦਾ ਇਹ ਦਲੇਰ ਬੰਦਾ ਹੀ ਮੈਦਾਨ ਵਿੱਚ ਖੜਕ ਕੇ ਬੋਲਦਾ ਔਰ ਜਿਵੇਂ ਅਸੀਂ ਦਲੇਰ ਹਾਂ ਬੋਲਨੇ ਹਾਂ ਨਾ ਜਸ ਆਉਂਦੀ ਏ ਗੱਲ ਹੈ ਕਿ ਇੰਜ ਇਹ ਵੀ ਦਲੇਰ ਪਿਓ ਦਾ ਪੁੱਤਰ ਇਹਦੇ ਪੂਰੇ ਭਾਰ ਨਾਲ ਬੋਲਦਾ ਇੱਥੇ 5-5,000 ਰੁਪਈਆ ਵਧਾਉਂਦੇ ਨੇ ਬੰਦਿਆਂ ਨੇ ਇਕੱਠਾ 50,000 ਦੀ ਸੱਟ ਮਾਰੀ ਹੈ ਫਿਰ ਉਹਨੇ 20-30,000 ਦੀ ਇਕੱਠੀ ਮਾਰੀ ਹੈ ਇੰਜ ਆਉਂਦੀ ਹੈ ਚੱਸ 10,000-5,000 ਖੇਡਾ ਹਰ ਬੰਦਾ ਨਹੀਂ ਖੇਡਦਾ ਇਹ ਨਾ ਮੁੜ ਕੇ ਮਹੀਨੇ ਬਾਅਦ ਲੈ ਕੇ ਵੀ ਦੇਣੀ 19 ਸੱਟ ਮਾਰੀ ਮੁੜ ਕੇ ਮੈਂ ਵੀ ਮਾਰਨੀ ਹੈ ਥੋੜਾ ਜਿਹਾ ਲੈਵਲ ਕਰ ਲੈਂਦੇ ਹਾਂਜੀ ਲਓ ਜੀ ਪੈਸੇ 90,000 ਰੁਪਈਆ 32 ਲੱਖ ਰੁਪਈਆ ਵੱਜਦੀਆਂ ਲੱਗਣੇ ਸੱਟਾਂ 10-30 ਲੱਖ ਰੁਪਏ ਤੋਂ ਢੇਲਦਾ ਕੁੱਲ ਸੀ ਬੰਦਾ ਜਾਂ ਕੱਚਾ ਸਾਹਿਬ ਜੁੜੇ ਨੇ ਤੇ ਜਨਾਬ ਕਿੱਥੇ ਗੱਲ ਟੁਰ ਗਈ ਹੈ ਹਾਂਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਲਓ ਜੀ ਇਸ ਤੋਂ ਉੱਤੇ ਹੈ ਕੋਈ ਕਿੰਨੇ ਲੱਗੇ ਨੇ 32 ਲੱਖ ਰੁਪਈਆ ਆਗਾ ਸਾਹਿਬ 32 ਲੱਖ ਇੱਕ ਮੈਨੂੰ ਨਾ ਪੁੱਛੋ ਲਓ ਜੀ ਗੱਡੀ ਦੇਣ ਲੱਗੇ ਆ 32 ਲੱਖ ਰੁਪਏ ਦੀ ਗੱਡੀ ਦੇਣ ਲੱਗੇ ਆ ਜਾਓ ਆ ਜਾਓ ਇੱਧਰ ਸ਼ਵੀਰ ਮਾਈ ਸਾਹਿਬ ਆ ਜਾਓ 32 ਲੱਖ 1 32 ਲੱਖ 2 ਅਫਤਾਰੀ ਤੋਂ ਬਾਅਦ ਚੱਸ ਆਏਗੀ ਅਫਤਾਰੀ ਤੋਂ ਬਾਅਦ ਬੜੀ ਦੁਨੀਆ ਆਉਂਦੀ ਹੈ ਅਫਤਾਰੀ ਤੋਂ ਪਹਿਲੇ ਘੱਟ ਲੋਕ ਆਉਂਦੇ ਨੇ ਰੋਜ਼ਿਆਂ ਦੇ ਵੀ ਨਾ ਥੋੜਾ ਠੰਡਾ ਮੱਠਾ ਰਹਿਣਾ ਕੰਮ ਦੇ ਦਿਓ ਜੇ ਤਾਂ ਲੋੜ ਜੇ ਤਾਂ ਦੇ ਦਿਓ 34 ਲੱਖ ਦੇ ਦੇ ਇੱਕੋ ਦੱਸਾਂ ਹੁਣ ਹਾਂ ਪੂਰੇ 33 ਦੇ ਹਾਏ 33 ਲੱਖ ਦੀ ਅੱਜ ਆਗਾ ਸਾਹਿਬ ਨੂੰ ਕੋਈ ਲੋੜ ਪੈ ਗਈ ਨਹੀਂ ਤੇ ਆਗਾ ਸਾਹਿਬ ਗੱਡੀ ਰਿੱਚੀ ਦੇ ਦਿੰਦੇ ਨੇ
ਗੱਲ ਇਹ ਕਿ 34 ਲੱਖ ਦਾ ਸੌਦਾ ਤੇ ਆ ਗਿਆ ਸਾਹ 33 ਲੱਖ ਤੇ ਆ ਗਏ ਨੇ ਹੁਣ ਥੋੜਾ ਜਿਹਾ ਹਿਰਕਾ ਹੋਰ ਕਰੋ ਤੇ ਗੱਡੀ ਲੈ ਲਈ ਇਹਨਾਂ ਕੋ 32 ਲੱਖ 20 ਹਜ਼ਾਰ ਰੁਪਇਆ 32 20 ਹਾਂਜੀ 25 32 ਲੱਖ 50 ਹਜ਼ਾਰ 32 ਲੱਖ 50 ਹਜ਼ਾਰ ਇੱਕ ਮਹੀਨੇ ਬਾਅਦ 4 ਲੱਖ ਬਣਾਉਣਾ ਪੈਣਾ 32 ਲੱਖ 50 ਹਜ਼ਾਰ ਆ ਗਿਆ ਸਾਹ ਜੇ ਤੇ ਦੇਣੀ ਹੈ ਨਾ ਮੇਰੀ ਗੱਲ ਸੁਣੋ ਹਾਂਜੀ ਰੇਟ ਬੜਾ ਸੋਹਣਾ ਲੱਗ ਗਿਆ ਜੇ ਤੇ ਦੇਣੀ ਹੈ ਨਾ ਪਿਆਰ ਦੀ ਗੱਲ ਜੋ ਕਰੋ ਕਿ ਸਬਰ ਕਰ ਸਕਦੇ ਹੋ 4 ਦਿਨ ਮੈਂ ਖੜੀ ਕਰ ਲੈਣਾ ਮੁਬਾਰਕ ਹੋਵੇ ਮਹਿੰਗੇ ਲੱਗੇ ਤਾਂ ਖਿਲਾਰ ਕੇ ਪੈਸੇ ਲੈ ਰਿਹਾ ਜੀ।